ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਕਾਂਗਰਸ ਵੱਲੋਂ ਅਬੋਹਰ ਵਿਖੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪਾਰਟੀ ਵੱਲੋਂ ਲਿਖੇ ਗਏ ਇੱਕ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਅਬੋਹਰ ਦੇ ਅਗਰਸੈਨ ਚੌਂਕ ਵਿਖੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਫੁੱਲਾਂ ਦੀ ਮਾਲਾ ਪਾਈ। ਪ੍ਰਦਰਸ਼ਨ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਚੱਲਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕਾਂਗਰਸ ਵੱਲੋਂ ਸੂਬੇ ਭਰ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਹਨ। मोदी साहब ने सेंचुरी मारी या नहीं मारी, गंभीरता से इसको समझना होगा साहब। मैं आज मंच पर आने से पहले, क्योंकि स्कोर रोज बदलते हैं किशन जी, अबोर के अंदर, सुखमन जी, अबोर के अंदर रोज दे 70,000 लीटर पेट्रोल मेरे ਕਈ ਸਾਥੀ ਬੈਠੇ ਦੁਨੀਆ ਸਾਹਿਬ ਕਰ ਰਹੇ ਦਿਸਦੇ ਹੈਗੇ ਕਿ ਇਹਨਾਂ ਦੇ ਪੰਪ ਪੈ ਰਹੇ ਬੈਠੇ 70,000 ਲੀਟਰ ਪੈਟਰੋਲ ਤੇ 6 ਪੜਿਆਲਾ ਸਾਹਿਬ ਸੁਣਿਓ ਤੁਹਾਡੇ ਗੌਰ ਨਾਲ ਤੁਸੀਂ ਤਾਂ ਸਾਰੇ ਮਾਹਰ ਹੋ ਇਹਨਾਂ ਗੱਲਾਂ ਦੇ 70,000 ਲੀਟਰ ਰੋਜ਼ ਪੈਟਰੋਲ ਤੇ 6 ਲੱਖ ਲੀਟਰ ਡੀਜ਼ਲ ਰੋਜ਼ ਦਾ ਅਬੋਰ ਸਬ ਡਿਵੀਜ਼ਨ 'ਚ ਲੱਗਦਾ ਹੈ ਸਾਹਿਬ। कुल मिला के जो मोटा मोटा देखिए 7 लाख लीटर तेल जेड़ा फूकिया जाता है बोर के अंदर, एक गुंजाण बैठे हुए कर गए हो सके दूजे जेडे डिस्ट्रिक्ट है उथे इना डीजल ना बिकता हो, क्योंकि इतने गुंजाण तो राजस्थान जिते 100 रुपये होया खड़ा इतों कुछ कट देंगे सरा साहब है सबनों पता है। बड़े चेते आते ने यार मुले हवा दे मुले साहब 1 अप्रैल 2014 कच्चे तेल की कीमत $104 सी, 120 उस तो पहला सी, मैं 1 अप्रैल का आंकड़ा पकड़ता साहब, 1 अप्रैल जरा सीगा $104 ते कल रात कच्चे तेल की कीमत इंटरनेशनल बाजार के अंदर $60 सी। हुण दसो कि कच्चा माल जरा सस्ता अति कीमत हो गया, 54 रुपये वाला जरा डीजल है वो अद्धा होना चाहिए सी या नहीं होना चाहिए सी, तुसीं दस दिओ साहब, ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।